ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। 107 ਗ੍ਰਾਮ ਹੈਰਨ ਸਮੇਤ ਇੱਕ ਨੌਜਵਾਨ ਕਾਬੂ। ਥਾਣਾ ਖਾਲੜਾ ਦੀ ਪੁਲਿਸ ਵੱਲੋਂ 107 ਗ੍ਰਾਮ ਹੈਰਨ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਫੜੇ ਗਏ ਨੌਜਵਾਨ ਦੀ ਪਛਾਣ ਗੁਰਮੀਤ ਸਿੰਘ ਉਰਫ ਗੁੱਜਰ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਪਹੁੰਡ ਵਜੋਂ ਹੋਈ ਹੈ ਅਤੇ ਫੜੀ ਗਈ ਹੈਰਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੁੱਲ ਕੀਮਤ 53,50,000 ਰੁਪਏ ਦੱਸੀ ਜਾ ਰਹੀ ਹੈ। ਇਸ ਪੂਰੇ ਮਾਮਲੇ ਸੰਬੰਧੀ SI ਅਮਰੀਕ ਸਿੰਘ ਨੇ ਜਾਣਕਾਰੀ ਦਿੱਤੀ। ਹਾਂਜੀ, ਇਹ ਨਾ ਗੁਰਮੀਤ ਸਿੰਘ ਆ, ਜਿਹੜੇ ਗੁੱਜਰ ਪੁੱਤਰ ਬਲਦੇਵ ਸਿੰਘ, ਇਹ ਕੱਲ੍ਹ ਅੰਮ੍ਰਿਤਪਾਲ ਸਿੰਘ ਸਬ ਇੰਸਪੈਕਟਰ ਨੇ ਭੈਣੀ ਮੱਸਾ ਸਿੰਘ ਟੀਕਮਾਨ ਮੋੜ ਤੋਂ ਇਹਨੂੰ ਫੜਿਆ, ਜਦੋਂ ਕਾਬੂ ਕੀਤਾ ਇਹਦੇ ਪਾਸੋਂ 107 ਗ੍ਰਾਮ ਹੀਰੋਇਨ ਬਰਾਮਦ ਹੋਈ। ਇਹ ਪਿੰਡਾਂ ਦੇ ਵਿੱਚ ਹੀਰੋਇਨ ਫਿਰ ਤੁਰ ਕੇ ਵੇਚਦਾ ਨਹੀਂ, ਇਹ ਇਕੱਲਾ ਸੀ ਉੱਥੇ ਅਤੇ ਇਕੱਲਾ ਹੀ ਫੜਿਆ। ਅਤੇ 69 ਨੰਬਰ ਮੁਕੱਦਮਾ FIR ਥਾਣੇ ਖਾਲੜੇ ਦਰਜ ਕੀਤੀ ਗਈ ਅਤੇ ਬਾਕੀ ਤਫਤੀਸ਼ ਦਾ ਰਿਮਾਂਡ ਲਿਆ ਜੂਗਾ, ਲਿਆ ਕੇ ਫਿਰ ਇਹਦੇ ਨਾਲ ਇੱਕ ਭਿੱਖੀ ਪਿੰਡ ਦਾ ਵਾ ਨਰੇਸ਼ ਕੁਮਾਰ ਆ ਭਿੱਖੀ ਪਿੰਡ ਦਾ, ਉਹ ਇਹਦੇ ਨਾਲ ਇਹਨੇ ਕਿਹਾ ਵੀ ਅਸੀਂ ਸਾਂਝੀ ਲਿਆ ਕੇ ਹੀਰੋਇਨ ਵੇਚਦੇ, ਉਹਨੂੰ ਅਜੇ ਕਾਬੂ ਕਰਨਾ ਵਾ, ਉਹਦੇ ਘਰ ਰੇਡ ਕੀਤਾ ਪਰ ਉਹ ਰੇਡ ਫੜਿਆ ਨਹੀਂ ਗਿਆ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।